ਸਸਿਕਾਲ ਮੈਂ ਹਾਂ ਸ਼ਿਖਾ ਤੇ ਤੁਸੀਂ ਦੇਖ ਰਹੇ ਹੋ ਦ ਟੀਵੀ ਐਨਆਰਆਈ ਸਪੋਰਟਸ ਖਬਰ ਲੈ ਕੇ ਹਾਜ਼ਰ ਹਾਂ। ਜੇਕਰ ਹੌਸਲੇ ਬੁਲੰਦ ਹੋਣ ਤਾਂ ਗਰੀਬੀ ਵੀ ਮੰਜ਼ਿਲ ਦੀ ਪ੍ਰਾਪਤੀ ਵਿੱਚ ਰੁਕਾਵਟ ਨਹੀਂ ਬਣ ਸਕਦੀ। ਇੰਦਰੀ ਦੇ ਪਿੰਡ ਜੈਨਪੁਰ ਸਦਾਨ ਦੀ ਰਹਿਣ ਵਾਲੀ 22 ਸਾਲਾ ਕਾਜਲ ਨੇ ਇਹ ਸੱਚ ਕਰਕੇ ਦਿਖਾਇਆ। ਮਹਿਲਾ ਮਜ਼ਦੂਰ ਦੀ ਬੇਟੀ ਕਾਜਲ ਨੇ ਨੇਪਾਲ ਵਿੱਚ ਆਯੋਜਿਤ 800 ਮੀਟਰ ਅੰਤਰਰਾਸ਼ਟਰੀ ਦੌੜ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ 15 ਤੋਂ 20 ਮਈ ਤੱਕ ਨੇਪਾਲ ਦੇ ਪੋਖਰਾ ਦੇ ਵਿੱਚ ਚੱਲੇ ਮੁਕਾਬਲਿਆਂ ਵਿੱਚ 5 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ ਤੇ ਕਾਜਲ ਨੇ ਆਪਣੀ ਮਿਹਨਤ ਸਦਕਾ ਜਿੱਤ ਹਾਸਲ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਇਸ ਨਾਲ ਤੁਹਾਨੂੰ ਇਹ ਵੀ ਦੱਸਦੇ ਹਾਂ ਜਿਸ ਕਾਰਨ ਕਾਜਲ ਦੇ ਪਿੰਡ ਅਤੇ ਪੂਰੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਹੋਇਆ। ਤੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਜਿੱਥੇ ਕਾਜਲ ਨੇ ਦੱਸਿਆ ਕਿ ਆਰਥਿਕ ਹਾਲਾਤ ਕਮਜ਼ੋਰ ਹੋਣ ਕਾਰਨ ਉਹ ਅਕੈਡਮੀ ਵਿੱਚ ਕੋਚਿੰਗ ਲੈਣ ਤੋਂ ਅਸਮਰਥ ਰਹੀ। ਤਕਰੀਬ 1 ਸਾਲ ਪਹਿਲਾਂ ਫੇਸਬੁੱਕ ਤੇ ਉਸਦੀ ਮੁਲਾਕਾਤ ਡੀਬੀ ਅਕੈਡਮੀ ਦੇ ਕੋਚ ਦੀਪਕ ਨਾਲ ਹੋਈ। ਨਾਲ ਹੀ ਉਹਨਾਂ ਨੇ ਫੋਨ ਤੇ ਹੀ ਉਸ ਨੂੰ ਪ੍ਰੇਰਿਤ ਕਰਨ ਦੀ ਗੱਲ ਕੀਤੀ, ਜਿਸ ਤੋਂ ਬਾਅਦ ਕਾਜਲ ਪਿਛਲੇ 1 ਸਾਲ ਤੋਂ ਆਨਲਾਈਨ ਟ੍ਰੇਨਿੰਗ ਲੈ ਰਹੀ ਹੈ ਤੇ ਕਾਜਲ ਨੇ ਦੱਸਿਆ ਕਿ ਕੋਚ ਤੋਂ ਮਿਲੀ ਸਿਖਲਾਈ ਸਦਕਾ ਉਸ ਨੇ ਪਾਨੀਪਤ ਵਿੱਚ ਹੋਏ ਰਾਜ ਪੱਧਰੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਜਿਹੜੀ ਆ ਜਿੱਤ ਹਾਸਲ ਕੀਤੀ ਸੀ। ਤੇ ਇਸ ਨਾਲ ਇਸ ਤੋਂ ਬਾਅਦ ਜੇ ਗੱਲ ਕਰੀਏ ਹੁਸ਼ਿਆਰਪੁਰ ਵਿੱਚ ਵੀ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ। ਉਸਦੀ ਇੱਛਾ ਇਹ ਹੈ ਕਿ ਉਹ ਦੇਸ਼ ਦਾ ਨਾਮ ਰੋਸ਼ਨ ਕਰੇ ਤੇ ਨਾਲ ਹੀ ਕਾਜਲ ਨੂੰ ਗੋਲਡ ਮੈਡਲ ਮਿਲਣ ਤੋਂ ਬਾਅਦ ਉਸਦੀ ਮਾਂ ਮੇਵਾ ਦੇਵੀ ਜੋ ਹੈ ਭਾਵੁਕ ਵੀ ਹੋ ਗਈ। ਉਸਨੇ ਦੱਸਿਆ ਕਿ ਉਸਨੂੰ ਕਾਜਲ ਦਾ ਪਾਲਣ ਪੋਸ਼ਣ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਾਜਲ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਪਰ ਉਸਨੂੰ ਦਿਹਾੜੀ ਕਰਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਇਆ। ਹੁਣ ਜੋ ਕਾਜਲ ਹੈ BSc ਦੇ ਅੰਤਿਮ ਸਾਲ ਦੀ ਪੜ੍ਹਾਈ ਕਰ ਰਹੀ ਹੈ ਤੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਕਾਜਲ ਦੀ ਮਦਦ ਕੀਤੀ ਜਾਵੇ ਤਾਂ ਜੋ ਅੱਗੇ ਵੱਧ ਕੇ ਉਹ ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਇਸ ਤਰ੍ਹਾਂ ਕਾਜਲ ਨੇ ਜੋ ਹੈ ਉਹ ਮਿਹਨਤ ਸਦਕਾ ਕਰਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਸੋਨੇ ਦਾ ਤਗਮਾ ਜਿੱਤਿਆ। ਤਾਂ ਜੇ ਗੱਲ ਕਰੀਏ ਘਰ ਦੀ ਆਰਥਿਕ ਜਿਹੜੀ ਸਥਿਤੀ ਠੀਕ ਨਾ ਹੋਣ ਕਰਕੇ ਫੇਸਬੁੱਕ ਤੇ ਆਨਲਾਈਨ ਹੀ ਟ੍ਰੇਨਿੰਗ ਕਾਜਲ ਨੇ ਜਿਹੜੀ ਆ ਉਹ ਲਈ। ਉਸ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਜੋ ਹੈ ਕਾਜਲ ਨੇ ਇੱਕ ਨਾਮ ਜਿਹੜਾ ਬਣਾਇਆ। ਪਰ ਜੇ ਗੱਲ ਕਰੀਏ ਘਰ ਦੀ ਆਰਥਿਕ ਸਥਿਤੀ ਬਿਲਕੁਲ ਠੀਕ ਨਹੀਂ ਸੀ ਪਰ ਕਾਜਲ ਦੀ ਮਾਤਾ ਦੇ ਵੱਲੋਂ ਜੋ ਹੈ ਉਸਨੂੰ ਹਮੇਸ਼ਾ ਸਪੋਰਟ ਕੀਤਾ ਗਿਆ। ਤਾਂ ਇਸ ਤਰ੍ਹਾਂ ਕਾਜਲ ਜੋ ਹੈ ਆਪਣੀ ਜ਼ਿੰਦਗੀ ਦੇ ਵਿੱਚ ਜੋ ਸਫਲ ਹੋ ਰਹੀ ਹੈ ਔਰ ਜੇ ਅੱਗੇ ਜਿਹੜਾ ਕਦਮ ਉਸਦਾ ਵੱਧ ਰਿਹਾ ਤਾਂ ਹੁਣ ਕਾਜਲ ਦੇ ਵੱਲੋਂ ਜੋ ਹੈ ਉਹ ਸੋਨੇ ਦਾ ਤਗਮਾ ਵੀ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਗਿਆ। ਅਜਿਹੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਦ ਟੀਵੀ ਐਨਆਰਆਈ ਸਪੋਰਟਸ।